ਬੇਸ਼ੱਕ ਪੰਜਾਬ ਸਰਕਾਰ ਨੇ 5 ਏਕੜ ਤੱਕ ਕਰਜ਼ਾ ਮਾਫ਼ੀ ਦਾ ਐਲਾਨ ਕਰ ਦਿੱਤਾ, ਪਰ ਫਿਰ ਵੀ ਕਰਜ਼ੇ ਦੇ ਕਾਰਨ ਹੋ ਰਹੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕਰਜ਼ ਰੂਪੀ ਦੈਂਤ ਕੋਈ ਨਾ ਕੋਈ ਕਿਸਾਨ ਨੂੰ ਆਪਣਾ ਸ਼ਿਕਾਰ ਬਣਾ ਰਿਹਾ। ਤਾਜ਼ਾ ਮਾਮਲਾ ਗਿੱਦੜਵਾਹਾ ਦੇ ਪਿੰਡ ਕੁਰਾਈਵਾਲਾ ਦਾ, ਜਿੱਥੋਂ ਦੇ ਨੌਜਵਾਨ ਕਰਮਜੀਤ ਸਿੰਘ ਉਮਰ 34 ਸਾਲ ਕਿਸਾਨ ਨੇ ਕਰਜ਼ੇ ਦਾ ਭਾਰ ਘਟਦਾ ਨਾ ਵੇਖ ਕੇ ਨੇੜਿਓ ਲੰਘਦੀ ਰਾਜਸਥਾਨ ਨਹਿਰ ਦੇ ਵਿੱਚ ਛਾਲ ਮਾਰ ਲਈ ਅਤੇ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਕਿਸਾਨ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ 2.5 ਏਕੜ ਜ਼ਮੀਨ ਹੈ ਅਤੇ ਮੇਰਾ ਪੁੱਤ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਪਿਛਲੇ ਵਰੇ 45,000 ਦੇ ਹਿਸਾਬ ਦੇ ਨਾਲ ਠੇਕੇ ਤੇ ਲਈ ਸੀ, ਪਰ ਫਸਲ ਤੇ ਲਾਗਤ ਮੁੱਲ ਨਾ ਮੁੜਿਆ, ਜਿਸ ਦੇ ਕਾਰਨ ਬੈਂਕ ਦਾ 2 ਲੱਖ ਅਤੇ ਗੈਰ ਸਰਕਾਰੀ 4 ਲੱਖ ਕਰਜ਼ਾ ਸਿਰ ਚੜ ਗਿਆ। ਉਸਨੇ ਇਸ ਕਰਜ਼ੇ ਨੂੰ ਉਤਾਰਨ ਦੇ ਲਈ ਸਹਾਇਕ ਧੰਦਾ ਡੈਰੀ ਵੀ ਅਪਣਾਇਆ, ਪਰ ਉਹ ਵੀ ਉਸਨੂੰ ਰਾਸ ਨਾ ਆਇਆ। ਉਹਨਾਂ ਦੱਸਿਆ ਕਿ ਕਰਜ਼ੇ ਕਰਕੇ ਉਹ ਕਾਫੀ ਦਿਨਾਂ ਤੋਂ ਦੁਖੀ ਸੀ। ਉਹ ਵੀਰਵਾਰ ਨੂੰ ਘਰੋਂ ਦੇਰ ਸ਼ਾਮ 7:15 ਤੇ ਬਾਹਰ ਖੇਤ ਦਾ ਕਹਿ ਕੇ ਗਿਆ ਸੀ ਅਤੇ ਬਾਅਦ ਦੇ ਵਿੱਚ ਉਸਨੇ ਫੋਨ ਕਰਕੇ ਘਰੇ ਦੱਸਿਆ ਕਿ ਮੈਂ ਰਾਜਸਥਾਨ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਰਿਹਾ। ਉਹਨਾਂ ਦੱਸਿਆ ਕਿ ਅਸੀਂ ਪਿੱਛੇ ਭੱਜ ਕੇ ਨਹਿਰ ਤੇ ਗਏ, ਪਰ ਉਹਨਾਂ ਦੇ ਦੇਖਦੇ ਦੇਖਦੇ ਹੀ ਰਾਜਸਥਾਨ ਨਹਿਰ ਦੇ ਵਿੱਚ ਉਕਤ ਕਿਸਾਨ ਨੇ ਛਾਲ ਮਾਰ ਦਿੱਤੀ ਅਤੇ ਉਸਨੂੰ ਨਹੀਂ ਬਚਾਇਆ ਜਾ ਸਕਿਆ। ਉਕਤ ਕਿਸਾਨ ਦੇ ਪਿਤਾ ਨੇ ਦੱਸਿਆ ਕਿ ਨਹਿਰ ਦੇ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਲਾਸ਼ ਨਹੀਂ ਮਿਲੀ ਹੈ। ਦੂਜੇ ਪਾਸੇ ਇਸ ਦੀ ਸੂਚਨਾ ਗਿੱਦੜਵਾਹਾ ਥਾਣੇ ਨੂੰ ਵੀ ਦੇ ਦਿੱਤੀ ਗਈ ਹੈ। ਗੁਰਦੀਪ ਸਿੰਘ, ਕੀ ਗੱਲ ਹੋਈ ਹੈ ਤੇ ਕੀ ਕਾਰਨ? ਬਸ ਦਿਮਾਗੀ ਥੋੜਾ ਟੈਨਸ਼ਨ ਜੀ ਰਹਿੰਦਾ, ਕਰਜ਼ਾ ਸੀਗਾ ਦੇਣਾ ਵਾਵਾ ਤੇ ਠੇਕੇ ਤੇ ਪਹਿਲੀ ਪਹਿਲੀ ਲੈਂਦੇ ਸੀ, ਬਸ ਆਪਦੀ ਦਾ ਵੀ ਥੋੜੀ ਸੀ ਸਾਡੀ ਤੇ ਬਸ ਐਂ ਟੈਨਸ਼ਨ ਜੀ 'ਚ ਰਹਿੰਦਾ ਸੀ। ਪਿਛਲੇ ਸਾਲ ਫਸਲ ਨਾ ਆਉਣ ਕਾਰਨ ਤੇ ਪਛਾਣ ਜਾ ਸੀ ਸੁਬਹਾ ਸੁਬਹਾ ਤੇ ਸ਼ਾਮ ਨੂੰ 5 ਵਜੇ ਮੇਰੇ ਕੋਲ ਵੀ ਆਇਆ ਸੀ। 6 ਵਜੇ ਰੌਲਾ ਜਿਹਾ ਪੈ ਗਿਆ ਕਿ ਮੈਂ ਬਾਹਰ ਨੂੰ ਭੱਜ ਗਿਆ ਵੀ ਨਹਿਰ ਇੰਨੀ ਨੂੰ। ਅਸੀਂ ਮਗਰ ਭੱਜੇ ਅਤੇ ਬਹੁਤ ਜਾ ਵੀ ਬੜੇ, 5-4 ਕਿੱਲੇ ਪਛਾਣ ਸੀਗੇ, ਨਾਲ ਮੇਰਾ ਹੋਰ ਦੂਜਾ ਭਰਾ ਸੀ ਅਤੇ ਕੋਲੇ ਜਾਂਦੇ ਜਾਂਦੇ ਜਦੋਂ ਨੂੰ ਕੋਲੇ ਉੱਪੜੇ ਉਦੋਂ ਨੂੰ ਛਾਲ ਮਾਰ ਗਿਆ। ਮੁੜ ਕੇ ਵਿੱਚ ਸਾਨੂੰ ਕੋਈ ਪਤਾ ਨਹੀਂ ਲੱਗਿਆ, ਫੋ ਨਹੀਂ ਪਿਆ, ਤਰਨ ਤੁਰ ਨਹੀਂ ਜਾਣਦੇ ਸੀ, ਇਹਦੇ ਕਰਕੇ ਬਚਾ ਨਹੀਂ ਸਕੇ। ਬਸ ਕਰਜ਼ਾ ਕੋਈ ਮਾੜੀ ਮੋਟੀ ਸਹਾਇਤਾ ਹੋ ਜੇ। ਮੇਰਾ ਨਾਮ ਬਲਰਾਜ ਸਿੰਘ ਹੈ ਜੀ। ਇਹ ਮੇਰਾ ਜਵਾਈ ਸੀ ਜੀ, ਕਰਾਈ ਵਾਲੇ ਪਿੰਡ ਤੋਂ, ਕਰਮਦੀਪ ਸਿੰਘ ਦਾ ਨਾਂ ਸੀ। ਇਹਨਾਂ ਕੋਲ ਆਪਦੀ ਜ਼ਮੀਨ ਹੈ, ਕੁਛ ਠੇਕੇ 'ਤੇ ਲੈ ਕੇ ਵਾਹੀ ਕਰਦੇ ਸੀ, ਨਾਲ ਖੇਤੀ ਕਰਦੇ ਸੀ। ਪਿਛਲੇ ਸਾਲਾਂ ਦੇ ਵਿੱਚ ਫਸਲਾਂ ਘੱਟ ਹੋਣ ਕਰਕੇ ਕਰਜ਼ਾ ਇਹਨਾਂ ਦਾ ਸਿਰ ਕਾਫੀ ਚੜ ਗਿਆ, ਬੈਂਕਾਂ ਦਾ ਵੀ ਆੜ੍ਹਤੀਆਂ ਦਾ ਵੀ ਕਾਫੀ ਕਰਜ਼ਾ ਹੋਣ ਕਰਕੇ ਟੈਨਸ਼ਨ ਦੇ ਵਿੱਚ ਰਹਿੰਦਾ ਸੀ। ਟੈਨਸ਼ਨ ਦੇ ਵਿੱਚ ਉਹਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਬਚਾਉਣ ਦੀ ਮਗਰ ਉਹਦਾ ਛੋਟਾ ਭਾਈ ਗਿਆ, ਪਰ ਉਹ ਬਚਾ ਨਹੀਂ ਸਕਿਆ ਜੀ। ਕਰਜ਼ਾ 6 ਲੱਖ ਤੋਂ ਉੱਪਰ ਹੋ ਸਕਦਾ ਜੀ, 6 ਲੱਖ 6.5 ਲੱਖ ਇੰਨਾ ਹੋ ਸਕਦਾ। ਸਰਕਾਰ ਤੋਂ ਇਹੀ ਡਿਮਾਂਡ ਹੈ ਜੀ, ਇਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ, ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਤਾਂ ਕਿ ਦੂਜਾ ਪਰਿਵਾਰ ਸੌਖਾ ਹੋ ਸਕੇ। ਜ਼ਮੀਨ ਜਾਇਦਾਦ ਹੈ ਜਿਹੜੀ, ਇਹ ਕਰਮਦੀਪ ਦੇ ਪਿਤਾ ਦੇ ਨਾਂ 'ਤੇ, ਇਹਦੇ ਨਾਂ 'ਤੇ ਹੀ ਕਰਜ਼ਾ ਹੈ ਅਤੇ ਇਕੱਠਾ ਸਾਂਝਾ ਪਰਿਵਾਰ ਹੈ ਜੀ। ਉਹਦੇ ਆਪਦੇ ਨਾਂ 'ਤੇ ਕੁਛ ਨਹੀਂ ਸੀ। ਇਹ 2 ਭਰਾ ਹੈ ਜੀ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।